ਤੇ ਲੋਕਾਂ ਦੇ ਕੰਮ ਕਰਾਉਣੇ ਆ ਮੈਕਸਿਮਮ ਟਾਈਮ ਆ ਜਿਹੜਾ ਪਬਲਿਕ ਦੇ ਵਿੱਚ ਸਪੈਂਡ ਕਰਨਾ ਪਬਲਿਕ ਦੇ ਨਾਲ ਪਿਆਰ ਨਾ ਰਹਿਣਾ ਹਰ ਇੱਕ ਦੇ ਨਾਲ ਪਿਆਰ ਨਾ ਰਹਿਣਾ ਜੇ ਕੋਈ ਗਲਤ ਕਰਦਾ ਉਹ ਸਾਨੂੰ ਦੱਸੋ ਉਸ ਚੀਜ਼ ਉੱਤੇ ਆਪਾਂ ਐਕਸ਼ਨ ਲਵਾਂਗੇ ਜੇ ਕੋਈ ਪਤਾ ਲੱਗਦਾ ਵੀ ਕਰਪਸ਼ਨ ਤੁਸੀਂ ਪਹਿਲਾਂ ਸਾਰਿਆਂ ਨੂੰ ਪਿਆਰ ਨਾਲ ਸਮਝਾਓ ਮਿਲੋ ਦੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਜੀ ਵਿਧਾਇਕ ਅਨਮੋਲ ਗਗਨ ਮਾਨ ਜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਦੇਖੋ ਬਹੁਤ ਅੱਛੀ ਮੀਟਿੰਗ ਸੀ ਜੀ ਬੜੀ ਵਧੀਆ ਆਊਟਪੁੱਟ ਸੀ ਮੀਟਿੰਗ ਦੀ ਮੀਟਿੰਗ ਦੇ ਵਿੱਚ ਇਹ ਚੀਜ਼ ਸਮਝਾਈ ਗਈ ਆ ਵੀ ਭਾਈ ਬੜੇ ਇਮਾਨਦਾਰੀ ਨਾਲ ਚੱਲਣਾ ਲੋਕਾਂ ਦਾ ਬਣ ਕੇ ਚੱਲਣਾ ਲੋਕਾਂ 'ਚ ਰਹਿਣਾ ਕਰਪਸ਼ਨ ਨਾ ਤੁਹਾਡੀ ਬਰਦਾਸ਼ਤ ਕਰਨੀ ਹੈ ਅਸੀਂ ਤੇ ਨਾ ਤੁਸੀਂ ਅੱਗੇ ਲੋਕਾਂ ਦੀ ਬਰਦਾਸ਼ਤ ਕਰਨੀ ਹੈ ਬੜੀ ਇੱਕ ਮਿੰਟ ਹੌਲੀ ਰੱਖੋ ਗੋਲਡੀ ਬੜੀ ਇਮਾਨਦਾਰੀ ਨਾਲ ਤੇ ਪੋਜ਼ਿਟਿਵਿਟੀ ਨਾਲ ਜਿਹੜਾ ਤੁਸੀਂ ਚੱਲਣਾ ਤੇ ਲੋਕਾਂ ਦੇ ਕੰਮ ਕਰਾਉਣੇ ਆ ਮੈਕਸਿਮਮ ਟਾਈਮ ਆ ਜਿਹੜਾ ਪਬਲਿਕ ਦੇ ਵਿੱਚ ਸਪੈਂਡ ਕਰਨਾ ਲਗਾਤਾਰ ਜੀ ਗੱਲ ਕੀਤੀ ਜਾਵੇ ਨਾਰਾਜ਼ ਵਿਧਾਇਕਾਂ ਦੀ ਗੱਲ ਕੀਤੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਉਹ ਕਹਿੰਦਾ ਕਿ ਸੀਟਾਂ 17 ਨੇ ਮੰਤਰੀ 17 ਨੇ ਪਰ 92 ਸੀਟਾਂ ਨੇ ਅੱਛਾ ਜੀ हाँ जी बिल्कुल देखो ड्यूटी ड्यूटी हुंदी है चाहे तुहानू छोटी मिल जे चाहे तुहानू वड्डी मिल जे मुद्दा है भी तुसी आउटपुट किन्नी दे रहे हो बड़ी उन्होंने सोहणे तरीके नाल सारयां नू समझाया कि चलो उन्हां दा फर्ज है वह साडे लीडर ने ते उन्हां ने उस गल नू सो अपना जिन्ना कि भावें तुहानू झाड़ू मारन दा काम मिल जे वह इन्ना सोहणा मारो ना लोक तारीफ पुछण कि झाड़ू किहने मारिया ये इन्ना साफ किहने कीता होया सो अपने आप नू अपना पैशन जज्बा ये कदी ना मरन दिओ एमएलए वल्लों जिहड़े छापे मारे जा रहे ने सरकारी ਜਿਹੜੇ ਮਹਿਕਮੇ ਦੇ ਵਿੱਚ ਖਾਸ ਕਰਕੇ ਉਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਕੇਜਰੀਵਾਲ ਸਾਹਿਬ ਖੁਦ ਐਤ ਕੇ ਐਕਸ਼ਨ ਮੋਡ ਚਾਹ ਰਹੇ ਉਹਨਾਂ ਦਾ ਕਹਿਣਾ ਕਿ ਸ਼ਬਦਾਵਲੀ ਜਿਹੜੀ ਵਰਤੀ ਜਾ ਰਹੀ ਉਹ ਗਲਤ ਹੈ ਖਾਸ ਕਰਕੇ ਇੱਕ ਪੁਲਿਸ ਮੁਲਾਜ਼ਮ ਨੂੰ ਇਹ ਗੱਲ ਕਹਿਣਾ ਕਿ ਪੁੱਠਾ ਟੰਗ ਦੇਵਾਂਗੇ ਤੇ ਇੱਕ ਵਰਡਿੰਗ ਸਭ ਤੋਂ ਵੱਡੀ ਡਿਪਲੋਮੈਟਿਕ ਸਟੇਟਮੈਂਟ ਇਹ ਸਾਹਮਣੇ ਆ ਰਹੀ ਕਿ ਮੂੰਹ ਦੇ ਮਿੱਠੇ ਰਹੋ ਮਤਲਬ ਸਾਰਿਆਂ ਦੀ ਇੱਜ਼ਤ ਕਰੋ ਐਕਸ਼ਨ ਤੁਸੀਂ ਜਿਹੜਾ ਮਰਜ਼ੀ ਲਈ ਜਾਓ ਕਲਮ ਦੀ ਤਾਕਤ ਤੁਹਾਡੇ ਕੋਲ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਕਲਮ ਦੀ ਤਾਕਤ ਨੂੰ ਦਰਸਾਇਆ ਜਾ ਰਿਹਾ ਕਿੱਦਾਂ ਦੇਖਦੇ ਹੋ ਇਹਨੂੰ ਦੇਖੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਪਬਲਿਕ ਦੇ ਨਾਲ ਪਿਆਰ ਨਾ ਰਹਿਣਾ ਹਰ ਇੱਕ ਦੇ ਨਾਲ ਪਿਆਰ ਨਾ ਰਹਿਣਾ ਜੇ ਕੋਈ ਗਲਤ ਕਰਦਾ ਉਹ ਸਾਨੂੰ ਦੱਸੋ ਉਸ ਚੀਜ਼ ਉੱਤੇ ਆਪਾਂ ਐਕਸ਼ਨ ਲਵਾਂਗੇ ਜੇ ਕੋਈ ਪਤਾ ਲੱਗਦਾ ਵੀ ਕਰਪਸ਼ਨ ਤੁਸੀਂ ਪਹਿਲਾਂ ਸਾਰਿਆਂ ਨੂੰ ਪਿਆਰ ਨਾਲ ਸਮਝਾਓ ਮਿਲੋ ਜੇ ਪਤਾ ਲੱਗਦਾ ਵੀ ਫਿਰ ਵੀ ਨਹੀਂ ਹਟ ਰਿਹਾ ਫਿਰ ਵੀ ਪਬਲਿਕ ਦੇ ਅਗੇਂਸਟ ਜਾ ਰਿਹਾ ਕਰਪਸ਼ਨ ਚੱਲ ਰਹੀ ਹੈ ਗੁੰਡਾਗਰਦੀ ਚੱਲ ਰਹੀ ਹੈ ਤਾਂ ਉਸ ਚੀਜ਼ ਉੱਤੇ ਕਲਮ ਐਕਸ਼ਨ ਲਓ ਤੁਹਾਡੇ ਕੋਲ ਹੁਣ ਇੱਕ ਰਿਸਪੈਕਟੇਬਲ ਪੋਜੀਸ਼ਨ ਹੈ ਤੁਸੀਂ ਉਸ ਚੀਜ਼ ਦੀ ਰਿਸਪੈਕਟ ਕਰੋ ਤੇ ਬੜੇ ਤਰੀਕੇ ਨਾਲ ਸਲੀਕੇ ਨਾਲ ਪਬਲਿਕ ਦੇ ਵਿੱਚ ਵਿਚਰੋ ਥੈਂਕ ਯੂ ਸਭ ਤੋਂ ਵੱਡੀ ਸਾਹਮਣੇ ਆ ਰਹੀ ਹੈ ਮੈਮ ਅੱਜ ਖਾਸ ਕਰਕੇ ਸੋ ਇਹ ਸੀਗੇ ਅਨਮੋਲ ਗਗਨ ਮਾਨ ਖਰੜ ਤੋਂ ਜਿਨ੍ਹਾਂ ਦਾ ਕਿ ਸਿੱਧੇ ਤੌਰ ਤੇ ਕਹਿਣਾ ਕਿ ਸਾਡੇ ਪਾਰਟੀ ਸੁਪਰੀਮੋ ਨੇ ਕਿਹਾ ਕਿ ਸਾਨੂੰ 18-18 ਘੰਟੇ ਜਿਹੜਾ ਕੀ ਹੈ ਉਹ ਕੰਮ ਕਰਨਾ ਪਏਗਾ ਤੇ ਆਪਣੇ ਰਿਪੋਰਟ ਕਾਰਡ ਤੇ ਉਹਨਾਂ ਨੂੰ ਖਰਾ ਉਤਰਨਾ ਪਏਗਾ ਕੈਮਰਾਮੈਨ ਰਕੇਸ਼ ਦੇ ਨਾਲ ਮੈਂ ਸ਼ਸ਼ਾਂਕ ਪੰਜਾਬ ਟੁਡੇ ਚੰਡੀਗੜ੍ਹ